मेडिकल कॉलेज ਤੁਸੀਂ ਮੈਨੂੰ ਦੱਸੋ ਇਹਨਾਂ ਨੇ ਓਲਡ ਪੈਨਸ਼ਨ ਜਿਹੜੀ ਸਕੀਮ ਸੀਗੀ ਉਹਦੇ ਬਾਰੇ ਗੱਲ ਕੀਤੀ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਯਾ ਵੀਰ ਇਸ ਦੈਟ ਨੋਟੀਫਿਕੇਸ਼ਨ ਹੋ ਰਿਹਾ ਸੀ ਪੈਸੇ ਕਿੱਥੇ ਰੱਖੇ ਰਕਮਾਂ ਕਰਨ ਕਿੱਥੇ ਇਹਦਾ ਮਤਲਬ ਉਹ ਵੀ ਤੁਸੀਂ ਧੋਖਾ ਕੀਤਾ ਹੈ ਸੋ ਜਿਹੜਾ ਰੈਵਨਿਊ ਤੁਸੀਂ 20,000 ਕਰੋੜ ਰੁਪਏ ਆ ਤੁਸੀਂ ਕਹਿੰਦੇ ਸੀ ਮਾਈਨਿੰਗ ਚੋਂ ਆਜੂ ਵੀ ਹੈ ਨਹੀਂ ਮੇਰੇ ਕਹਿਣ ਦਾ ਮਤਲਬ ਕੇਵਲ ਇਹ ਕਹਿਣਾ ਕਿ ਰੈਵਨਿਊ ਵੱਧ ਗਿਆ ਕਾਗਜ਼ਾਂ 'ਚ ਕੋਈ ਨਵੀਂ ਸਕੀਮ ਤਾਂ ਲੈ ਕੇ ਨਹੀਂ ਆਏ ਕੋਈ ਪੰਜਾਬ ਨੂੰ ਨਵੀਂ ਦੇਣ ਤਾਂ ਲੈ ਕੇ ਨਹੀਂ ਆਏ ਕਹਿੰਦੇ ਇੱਕ ਨਹਿਰ ਮਾਲਵੇ ਨੂੰ ਅਸੀਂ ਦੇਣੀ ਹੈ ਮਾਲਵਾ ਨਹਿਰ ਉਹ ਨਹਿਰ ਦਾ ਵੀ ਸਾਨੂੰ ਤਾਂ ਕਿਤੇ ਪਤਾ ਹੀ ਲੱਗਿਆ ਉਹ ਨਹਿਰ ਕਿਦੋਂ ਆਏਗੀ ਕਿਦੋਂ ਬਣੇਗੀ ਕਿਵੇਂ ਬਣੇਗੀ ਪਹਿਲਾਂ ਲੋਕਾਂ ਦੀ ਜ਼ਮੀਨ ਅਕਵਾਇਰ ਕੀਤੀ ਜਾਏਗੀ ਬਜਟ ਤਜਵੀਜ਼ ਕਿੱਥੇ ਹੋ ਰਿਹਾ ਸੀ ਸੋ ਮੇਰੇ ਕਹਿਣ ਦਾ ਮਤਲਬ ਸਾਰਾ ਜਿਹੜਾ ਇਹ ਫਰਜ਼ੀਵਾੜਾ ਬਜਟ ਦੇ ਵਿੱਚ ਸੀਗਾ ਔਰ ਤੁਸੀਂ ਦੇਖਿਆ ਹੋਣਾ ਹੈ ਕਿ ਕੋਈ ਉਹਦੇ ਵਿੱਚ ਲੋਕਾਂ ਦੇ ਫਾਇਦੇਮੰਦ ਇੱਕ ਵੀ ਗੱਲ ਨਹੀਂ ਸੀ ਹਾਂ ਇਹ ਜ਼ਰੂਰ ਕਿਹਾ ਗਿਆ ਕਿ ਰੈਵਨਿਊ ਵੱਧ ਗਿਆ ਤਾਂ ਖਰਚਾ ਵੀ ਵੱਧ ਗਿਆ ਘਾਟਾ ਵੀ ਵੱਧ ਗਿਆ ਸੋ ਉਹਦੇ 'ਚ ਕੀ ਫਾਇਦਾ ਕੀਤਾ ਰੈਵਨਿਊ ਨੈਚੁਰਲੀ ਵੱਧ ਗਿਆ ਜਦੋਂ ਮਹਿੰਗਾਈ ਵੱਧ ਗਈ ਰੈਵਨਿਊ ਵੱਧ ਗਿਆ ਖਰਚਾ ਵੱਧ ਗਿਆ ਡੈਬਿਟ ਵੱਧ ਗਿਆ ਸੋ ਮੈਨੂੰ ਨਹੀਂ ਲੱਗਿਆ ਕਿ ਅੱਜ ਦੇ ਕੁਛ ਬਜਟ ਦੇ ਵਿੱਚ ਕੋਈ ਐਸੀ ਕੋਈ ਵਿਲੱਖਣ ਚੀਜ਼ ਪੰਜਾਬ ਦੇ ਲੋਕਾਂ ਨੂੰ ਮਿਲੀ